जी मैं गुजारिश करना भी ना तो निके निके बच्चे ना कोई बच्चों का कपड़ा तिगड़ी है उतू सर्दी है ना मेरा है ना घर जाता है घर जाने टी वी का मसला है। अस्सलाम वालेकुम व्यूवर्स, कैसे हैं आप सब व्यूवर्स? आज की वीडियो रूटीन से ज़रा हट के है। मेरी आप सब भाइयों से रिक्वेस्ट है कि इस बंदे की अर्ज़ ज़रूर सुने और इस बंदे की मदद ज़रूर करें, चाहे जितनी भी हो सके, जितनी आप लोग आसानी के साथ कर सकते हैं इस बंदे की मदद करें। अस्सलाम वालेकुम चाचू जी, की हाल है? वालेकुम सलाम, ठीक। चाचू जी थोड़ा नाम की है? मैं नाम जी माई। अच्छा, माई थोड़ा नाम? हाँ जी। कितने रहते ने? मिंचनाबाद के नज़दीक। अच्छा, तो की काम करते ने तुसी? काम जी क्या है, कोई काम ही नहीं है, काम होंदा ही नहीं है, बाजू सारे टूटे हुए फिते हुए। अच्छा, की होया सी? बूते मज डिगी आई। अच्छा, चौंदा ब्यासो सही हुण अगे जी कोई काम नहीं होंदा। थोड़ा कोई रोजगार कोनी? कोई रोजगार ही नहीं है। अच्छा, तो मुड़ किवें है तुसी अपनी रोजी पूरी करदे ने? बस जे किसे को सेर आटा दा लाभ गया लाभ गया ठीक है, जे नहीं तां बच्चे भुखे। ਤੁਸੀਂ ਕਿਧਰੇ ਕੋਈ ਨੌਕਰੀ ਸ਼ੋਕਰੀ ਨਹੀਂ ਕਰਦੇ ਰਿਹਾ? ਹਾਂਜੀ ਕਰਦੇ ਰਿਹਾ, ਅੱਗੇ ਇੱਕ ਮਹੀਨਾ ਗੱਤਾ ਕਿਸੇ ਨਾਲ ਤੇ ਉਹ ਹੁਣ ਜਿਹੜਾ ਹੈ ਅੱਗੂ ਉਹਨਾਂ ਦਾ ਕੰਮ ਹੋ ਗਿਆ ਬੰਦ। ਅੱਛਾ, ਡੰਗਰਾਂ ਦਾ ਕੰਮ ਆ ਤੇ ਹੁਣ ਹੈਗਾ ਬੜਾ ਪੱਠਾ ਹਾ ਕੋ ਨਹੀਂ, ਉਹਨਾਂ ਕਿਤੇ ਵੀ ਛੁੱਟੀ ਕਰ ਜਾਇਆ ਕਰ। ਤੁਹਾਨੂੰ ਕਿਤੀ ਤਨਖਾਹ ਦਿੰਦੇ ਹੈ? 5000। ਤੇ ਤੁਹਾਨੂੰ ਕੀ ਮਜ਼ਦੂਰੀ ਹੈ, ਤੁਸੀਂ ਐਂ ਟੇਢਾ ਜਿਹਾ ਉੱਥੇ ਟੁੱਟਦੇ ਜੀ? ਟੇਢਾ ਜੀ ਆ ਬਾਜ਼ੂ ਟੁੱਟੇ ਹੋਏ। ਅੱਛਾ, ਬਾਜ਼ੂ ਟੁੱਟੇ ਹੋਏ, ਅਸਲੀ ਵੀ ਤੁਸੀਂ ਦੱਸ ਰਹੇ ਹੋ? ਹਾਂ ਜੀ, ਆ ਵੇਖ ਕਾ, ਆ ਵੇਖ ਅਸਲੀ ਟੁੱਟੀ ਹੋਈ ਆ। ਤੁਹਾਡੇ ਕਿੰਨੇ ਬੱਚੇ ਨੇ ਜੀ? 4। ਚਾਰ ਬੱਚੇ? ਹਾਂ। ਕਿੰਨੀ ਕਿੰਨੀ ਉਮਰ ਹੈ ਉਹਨਾਂ ਦੀ? ਉਹ ਹੈ ਕੋਈ ਇੱਕ 2 ਸਾਲਾਂ ਦਾ ਹੈ। ਅੱਛਾ, ਇੱਕ 5 ਸਾਲਾਂ ਦਾ, ਇੱਕ 9 ਸਾਲਾਂ ਦੀ ਕਾਕੀ ਹੈ। ਠੀਕ ਹੈ। ਤੁਹਾਡਾ ਆਪਣਾ ਘਰ ਹੈ ਜਿੰਦੇ ਵਿੱਚ ਰਹਿੰਦੇ ਨੇ? ਨਹੀਂ ਜੀ, ਕਿਸੇ ਦਾ ਹੈ, ਉਹ ਲੋੜੇ ਆਉਂਦੇ ਵੀ ਸਮਾਨ ਚਾਹਤੇ ਹੀ ਹੋ ਜਾ, ਅੱਗੋਂ ਆਉਂਦੇ ਨਹੀਂ ਹੋ ਜਾ। ਸਹੀ, ਗਰੀਬ ਬੰਦਾ ਤਾਂ ਜਿਹੜਾ ਮੁਥਾਜ ਹੋਵੇ ਮੁੜ ਹੁੰਦਾ ਕੀ ਹੁੰਦਾ? ਸਹੀ, ਕੋਈ ਜਗ੍ਹਾ ਨਹੀਂ, ਕੋਈ ਕੁਛ ਨਹੀਂ, ਠੀਕ, ਨਾ ਕੋਈ ਲਾਇਟ ਹੈ। ਸਹੀ, ਤੇ ਫਿਰ ਤੁਸੀਂ ਹੁਣ ਬੱਚੇ ਦਾ ਦੁੱਧ ਵਗੈਰਾ ਕਿਵੇਂ ਪੂਰਾ ਕਰਦੇ ਨੇ? ਬਾਜੀ ਬੱਚਿਆਂ ਦਾ ਸਵੇਰ ਦੁੱਧ ਦਾ ਘੁੱਟ ਲੈਂਦਾ ਹੈਗਾ, ਹੁਣ ਨਾ ਕੋਈ ਚੀਨੀ ਨਾ ਪੱਤੀ, ਉਵੇਂ ਪੀਆ। ਸਹੀ, ਬੱਚਿਆਂ ਤੋਂ ਭੁੱਖੇ ਬੈਠੇ। ਸਹੀ, ਤੇ ਤੁਸੀਂ ਹੁਣ ਕੀ ਜਿਹੜੇ ਬਾਈ ਵੇਖਦੇ ਪਏ ਨੇ ਉਹਨਾਂ ਨੂੰ ਕੀ ਪੈਗਾਮ ਦੇਣਾ ਚਾਹੁੰਦੇ ਨੇ? ਬਾਜੀ ਕੋਈ ਜੇ ਜੇਤੀ ਹੋ ਜਾਵੇ ਜੀ ਕੋਈ ਮਦਦ ਕਰ ਦੇਣਾ। ਇਹ ਜੀ ਮੈਂ ਗੁਜ਼ਾਰਿਸ਼ ਕਰਦਾ ਵੀ ਨਾ ਤਾਂ ਨਿੱਕੇ ਨਿੱਕੇ ਬੱਚੇ, ਨਾ ਕੋਈ ਬੱਚਿਆਂ ਦਾ ਕੱਪੜਾ ਤਿਗੜੀ ਹੈ ਉਤੋਂ ਸਰਦੀ ਹੈ ਨਾ ਮੇਰਾ ਹੈ ਨਾ ਘਰ ਜਾਂਦਾ ਹੈ, ਘਰ ਜਾਣ ਜੀ ਟੀਵੀ ਦਾ ਮਸਲਾ ਹੈ। ਇਹ ਜੀ ਜਿੰਨੀ ਕੁ ਤੁਸੀਂ ਮਦਦ ਕਰ ਸਕੋ, ਮੈਂ ਤੁਹਾਡੇ ਕੋਲ ਕਰਜ਼ਾ ਨਹੀਂ ਲੈਣਾ, ਕੋਈ ਕੁਛ ਨਹੀਂ ਲੈਣਾ। ਵੀਵਰਸ ਵੀਡੀਓ ਆਪਨੇ ਦੇਖੀ ਹੈ ਤਾਂ ਤੁਸੀਂ ਦੇਣਾ, ਮੈਂ ਮੁਹਤਾਜ ਹਾਂ, ਬਿਲਕੁਲ ਗਰੀਬ ਆਦਮੀ ਹੈ ਵਿਚਾਰਾ, ਰੋ ਰਿਹਾ ਥਾ, ਤੁਹਾਨੂੰ ਘਣਾ ਦੇ ਸੀ ਅੱਲਾ, ਤੁਹਾਨੂੰ ਘਣਾ ਵਕਤ ਮਿਲਦਾ ਹੈ, ਇੱਕ ਖਾਣਾ ਮਿਲਤਾ ਹੈ, ਇੱਕ ਟਾਈਮ ਹਮ ਭੂਖੇ ਸੋਤੇ ਹੈ, ਔਰ ਬੱਚੋਂ ਕੇ ਪਾਸ ਕਪੜੇ ਨਹੀਂ ਹੈ ਪਹਿਨਨੇ ਕੋ, ਇਤਨੀ ਜ਼ਿਆਦਾ ਸਰਦੀ ਹੈ, ਰਿਹਾਇਸ਼ ਕੇ ਲਈ ਵੀ ਇਨਕੇ ਪਾਸ ਜਗ੍ਹਾ ਨਹੀਂ ਹੈ, ਔਰ ਬਿਮਾਰ ਹੈ, ਦਵਾਈਓ ਕੇ ਪੈਸੇ ਨਹੀਂ ਹੈ, ਇਤਨਾ ਮਹਿੰਗਾਈ ਕਾ ਦੌਰ ਹੈ। ਤੋ ਮੇਰੀ ਆਪ ਭਾਈਓ ਸੇ ਰਿਕੁਐਸਟ ਹੈ ਕਿ ਪਲੀਜ਼ ਜ਼ਰੂਰ ਇਨਕੀ ਮਦਦ ਕਰੇ। ਤੋ ਵੀਵਰਸ, ਆਪ ਅਗਰ ਇਨਕੀ ਮਦਦ ਕਰਨਾ ਚਾਹਤੇ ਹੈ ਤੋ ਮੇਰਾ ਨੰਬਰ ਆਪਕੋ ਵੀਡੀਓ ਕੀ ਸਕਰੀਨ ਪੇ ਨਜ਼ਰ ਆ ਰਹਾ ਹੋਗਾ, ਆਪ ਪੈਸੇ ਭੇਜਣਾ ਚਾਹੇ, ਕਪੜੇ ਭੇਜਣਾ ਚਾਹੇ ਤੋ ਆਪ ਮੁਝਸੇ ਰਾਬਤਾ ਕਰ ਸਕਤੇ ਹੈ। ਬਹੁਤ ਸ਼ੁਕਰੀਆ ਦੋਸਤੋ, ਅੱਲਾ ਹਾਫਿਜ਼।